ਆ ਦੇਖੋ ਤੁਸੀਂ ਦੋਸਤੋ। ਹਾਂਜੀ ਦੋਸਤੋ, ਵੈਲਕਮ ਬੈਕ ਟੂ ਸਿੰਗਲੋਸ। ਕੀ ਹਾਲ ਚਾਲ ਜੀ? ਇਹ ਆ ਜੀ, ਤੁਸੀਂ ਵਲੋਗ ਦੇਖੇ ਹੋਣਗੇ ਤੇ 3 ਵਲੋਗ ਆ ਚੁੱਕੇ ਨੇ ਆਪਣੇ ਚੈਨਲ ਤੇ। ਪਿੰਡ ਨੂਸੀ, ਮਹਾਰਾਜ ਜਗਤ ਸਿੰਘ ਜੀ ਦਾ ਪਿੰਡ, ਹੁਣ ਉਹਨਾਂ ਦੀ ਜੋ ਬਹੁਤ ਜ਼ਿਆਦਾ ਪੁਰਾਣੀ ਕੋਠੀ ਆ ਤੁਹਾਡੇ ਸਾਹਮਣੇ, ਆਹ ਦੇਖੋ ਤੁਸੀਂ ਦੇਖ ਕੇ ਪਹਿਚਾਣ ਲਈ ਹੋਣੀ ਆ ਜੋ ਵਲੋਗ ਵਿੱਚ ਆਪਣੇ ਦੇਖੇ ਸੀ। ਮਹਾਰਾਜ ਬਹਾਦਰ ਜੀ, ਮਹਾਰਾਜ ਜਗਤ ਸਿੰਘ ਜੀ ਦੀ ਇੱਕ ਇੱਧਰ ਨੂੰ ਵੀ ਜਾਂਦੀ ਹੈ ਦੋਸਤੋ ਕੋਠੀ, ਜੋ ਉਹਨਾਂ ਦਾ ਮਕਾਨ ਢਹਿ ਚੁੱਕਿਆ ਸੀ। ਚਲੋ ਆਪਾਂ ਅੱਗੇ ਜੀ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਮੈਂ ਸੋਚਿਆ ਇੱਕ ਸ਼ੋਰਟ ਵਲੋਗ ਬਣਾਇਆ ਜਾਵੇ ਫਿਰ। ਦੇਖੋ ਕਿੰਨਾ ਵਧੀਆ ਸ਼ਾਂਤੀ ਵਾਲਾ ਪਿੰਡ ਆ ਤੁਹਾਡੇ ਸਾਹਮਣੇ ਆ। ਇਹ ਆ ਗਈ ਬੈਕ ਸਾਈਡ। ਅਤੇ ਦੋਸਤੋ ਤੁਹਾਨੂੰ ਪਤਾ ਜੋ ਆ ਰਸਤਾ ਜਾਂਦਾ, ਇੱਥੇ ਜੀ ਆਪਾਂ ਗਏ ਸੀ, ਉਹ ਵਲੋਗ 'ਚ ਦੇਖ ਲਿਓ। ਅਤੇ ਆਹ ਦੇਖੋ ਇਹ ਆ ਜੋ ਆਹ ਤੁਹਾਨੂੰ ਕੰਧ ਦਿਖ ਰਹੀ ਆ, ਇਹਦੇ ਬੈਕ ਸਾਈਡ 'ਤੇ ਆ। ਮੈਂ ਇੱਥੇ ਵੀਡੀਓ ਪਾ ਦੂੰਗਾ, ਮੈਂ ਬਣਾਇਆ ਹੋਇਆ ਵਲੋਗ। ਇਹ ਦੋਸਤੋ ਦੇਖ ਸਕਦੇ ਹੋ ਪੁਰਾਣਾ ਘਰ ਉਹਨਾਂ ਦਾ, ਜਿੱਥੇ ਮਹਾਰਾਜ ਜਗਤ ਸਿੰਘ ਜੀ ਰਹਿੰਦੇ ਹੁੰਦੇ ਸੀ, ਆਪਣੇ ਐਲਬਮ 'ਚ ਅਤੇ ਬੁੱਕਾਂ 'ਚ ਪੜ੍ਹਿਆ ਹੋਣਾ। ਅਤੇ ਹੁਣ ਇਸ ਦੇ ਅੰਦਰ ਜਾ ਕੇ ਦਿਖਾਵਾਂਗੇ ਦੋਸਤੋ ਜੋ ਪਿਛਲੀ ਵਾਰ ਰਹਿ ਗਿਆ ਸੀ, ਅਤੇ ਉਸ ਤੋਂ ਬਾਅਦ ਦਿਖਾਵਾਂਗੇ ਪੁਰਾਣਾ ਸਤਸੰਗ ਘਰ। ਆਇਓ ਭਾਅ ਜੀ। ਮੱਝਾਂ ਨੂੰ ਮਾਰਨਾ ਤੁਹਾਨੂੰ ਜਗ੍ਹਾ ਹੈ ਨਹੀਂ, ਕਿਉਂਕਿ ਬਹੁਤ ਟੱਟ ਹੀ ਗਿਆ ਵਾ। ਜ਼ੂਮ ਕਰਕੇ ਆਹ ਦੋਸਤੋ ਉਹੀ ਜਗ੍ਹਾ ਵਾ, ਦੇਖ ਸਕਦੇ ਹੋ ਤੁਸੀਂ, ਇੱਥੇ ਸਭ ਢਹਿ ਗਿਆ ਵਾ। ਅਤੇ ਇੱਥੇ ਹੋਣਾ ਭਾਅ ਜੀ ਉਹ ਨਾ ਉਸ ਟਾਈਮ ਮਕਾਨ, ਬਹੁਤ ਸਾਡੇ ਵਾਸਤੇ ਇਤਿਹਾਸਿਕ ਜਗ੍ਹਾ, ਪੱਗਾਂ ਵਾਲੀ ਜਗ੍ਹਾ ਵਾ। ਇੱਥੇ ਹੀ ਰਹਿੰਦੇ ਹੁੰਦੇ ਸੀ ਉਹ, ਅੱਗੇ ਤੱਕ ਖੁੱਲ੍ਹਾ ਇਹਨਾਂ ਦਾ ਹੀ ਆ। ਇੱਥੇ ਉਹਨਾਂ ਦਾ ਕੋਈ ਰੂਮ ਹੋਊ, ਕਮਰਾ ਹੋਊ, ਆਹ ਦੇਖੋ ਤੁਸੀਂ ਦੋਸਤੋ। ਦੋਸਤੋ ਆਹ ਦੇਖ ਸਕਦੇ ਹੋ ਤੁਸੀਂ, ਇਹ ਜਗ੍ਹਾ 'ਤੇ ਉਹਨਾਂ ਦੇ ਚਰਨ ਪਏ ਹੋਏ ਨੇ ਅਤੇ ਕਿੰਨੇ ਸਾਲ ਰਹਿ ਚੁੱਕੇ ਦੋਸਤੋ ਉਹ। ਆਹ ਦੇਖੋ ਪੁਰਾਣੇ ਦਰਵਾਜ਼ੇ ਦੋਸਤੋ, ਬਹੁਤ ਫੀਲਿੰਗ ਆ ਰਹੀ ਹੈ ਕਿ ਉਸ ਵਕਤ ਇਹ ਇੱਥੇ ਉਹ ਭਜਨ ਸਿਮਰਨ ਕਰਿਆ ਕਰਦੇ ਸੀ। ਦਰਸ਼ਨ ਕਰ ਸਕਦੇ ਹੋ ਤੁਸੀਂ। ਆਹ ਦੇਖੋ ਦੋਸਤੋ ਜੋ ਬਹੁਤ ਸਾਲ ਪੁਰਾਣੀਆਂ ਇੱਥੇ ਬਣੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ ਇੱਦਾਂ ਪਹਿਲਾਂ ਬਣਾਉਂਦੇ ਹੁੰਦੇ ਸੀ। ਅਤੇ ਉਹ ਦੇਖੋ ਤੁਹਾਡੇ ਸਾਹਮਣੇ ਭਾਈ, ਉੱਥੇ ਰਹੀਦਾ ਸਾਰੀ ਦਿਹਾੜੀ, ਉੱਥੇ ਰਹੀਦਾ ਸਤਸੰਗ ਘਰ, ਇਸ ਕਰਕੇ ਫਿਰ ਸਾਰੀ ਤਕਰੀਬਨ ਜਾ। ਮੈਂ ਕਿਹਾ ਚਲੋ ਇੱਕ ਵਾਰ ਤੁਹਾਨੂੰ ਪਿੰਡ ਦਿਖਾਇਆ ਜਾਵੇ, ਨੁਸੀ ਪਿੰਡ। ਬਹੁਤ ਵਧੀਆ ਪਿੰਡ ਲੱਗਿਆ ਦੋਸਤੋ ਮੈਨੂੰ। ਅੱਗੇ ਗੁਰਦੁਆਰਾ ਸਾਹਿਬ ਦਿਖ ਰਿਹਾ, ਆਹ ਖੇਤ ਏ ਖੇਤ ਨੇ, ਬਹੁਤ ਸ਼ਾਂਤੀ ਵਾਲਾ ਪਿੰਡ ਆ, ਇੱਥੇ ਰਹਿਣ ਨੂੰ ਜੀ ਕਰਦਾ। ਆਹ ਕਿਸੇ ਦੀ ਕੋਠੀ ਬਣ ਰਹੀ ਹੈ ਇੱਥੇ ਨਵੀਂ, ਦੋਸਤੋ ਜਿੱਥੇ ਮਹਾਰਾਜ ਬਹਾਦਰ ਜੀ ਪੜ੍ਹਾਉਣ ਜਾਂਦੇ ਹੁੰਦੇ ਸੀਗੇ, ਮਾਸਟਰ ਸੀਗੇ ਉਹ, ਉੱਥੇ ਵੀ ਤੁਹਾਨੂੰ ਕਦੇ ਲੈ ਕੇ ਜਾਊਂਗਾ ਮੈਂ। ਆ ਕੀ ਟੋਭਾ ਆ ਗਿਆ? ਨਹੀਂ ਨਹੀਂ ਮੀਂਹ ਪਿਆ ਹੋਇਆ, ਮੀਂਹ ਪਿਆ ਹੋਇਆ।
चलो देखते चलो वधिया पिंड है। दोस्तों डेवलपमेंट हो जाती है फिर बहुत ज़्यादा बिल्डिंग्स बन जाती है ना, फिर उसकी वजह से बहुत ज़्यादा तरक्की हो जाती है। तो पहला तो उस वक्त बहुत सिंपल पिंड होंगे सके, हुण भी सिंपल पिंड। वैसे आह पुराना सत्संग घर है, तुहानू पता उस ब्लॉग में मैं दिखाया होना एक साल पहला का जो बनाया सी, आह पुराना सत्संग घर है, हुणे किसी होर दे नाम ते है। तो इत्थे इधर कितने वो अंकल जी रहिंदे, एक तुहानू मिलाया सीगा मैं, जिहड़े सानू हवेली च आई बैठे मेरे ख्याल नाल अंकल यही अंकल सीगे शायद यही बैठे थे अंकल मैं शायद वही ने। हुण मैं दोस्तों कितने जाना सी ना, नहीं तो मैं फिर तुहानू दिखाउणा सी चंगी तरह। तो आ भी जो उन्होंने रिलेटिव्स ने ये उन्होंने घर है, तुहानू पता जब मैं इंटरव्यू कराया सी उन्होंने रिलेटिव्स नाल, इंटरव्यू 10-15 मिनट का सीगा मेरे ख्याल में, 20 मिनट का 10 मिनट का। तो आ सत्संग घर का बोर्ड लगे नूसी सत्संग घर अगे दोस्तों। दरख्त देखो ये सत्संग घर वाले जो है उन्होंने ही इतने आ दरख्त उगाए है, कितनी हरियाली है, हरिया भरिया वातावरण, इतने शांति वाला शांतपूर्ण वातावरण बहुत वधिया लगे माहौल। आ देखो दोस्तों आप बाहर आ गए जी खेत के बिच। दोस्तों गल हो वाइब्स की, फीलिंग आनी चाहिए है। सोच के देखो महाराज जी किमें पढ़ा जाते हो, जिमें पढ़ा के आते हो गए जो अपने साखियां सुनिया अज तक पढ़ा के जो आते जो एग्रीकल्चरल कॉलेज से उन्होंने कृषि यूनिवर्सिटी पता नहीं कुछ सिगा, उतों आके फिर वो भजन ते बह जाते बे बैठे रहते फिर सारा दिन। तो हुण जाना ऐसी किते ठीक है जी, मैं कहा चलो थोड़ा रेस्ट कर लिए।